ਭਾਈ ਸਿਮਰਨ ਕਰਿਆ ਕਰੋ, ਮੂਲ ਮੰਤਰ ਕਰਿਆ ਕਰੋ, ਬਹਿ ਕੇ ਗੁਰਬਾਣੀ ਨੂੰ ਹੌਲੀ ਹੌਲੀ ਸੁਣਿਆ ਕਰੋ ਅਤੇ ਆਨੰਦ ਸਾਹਿਬ ਦਾ ਪਾਠ ਕਦੇ ਇਕਾਂਤ ਵਿੱਚ ਬਹਿ ਕੇ ਹੌਲੀ ਹੌਲੀ ਕਰ ਲਿਆ। ਆਨੰਦ ਸਾਹਿਬ ਦੀ ਭਾਵੇਂ ਇੱਕ ਪੌੜੀ ਕਰ ਲਿਆ ਕਰੋ। ਇੱਕ ਇੱਕ ਪੌੜੀ ਵਿੱਚ ਇੰਨਾ ਕੁਛ ਬਖਸ਼ਿਸ਼ ਕੀਤਾ ਹੋਇਆ ਮਹਾਰਾਜ ਜੀ ਨੇ ਵੀ ਇੱਕ ਪੌੜੀ ਇਕੱਲੀ ਹੋਈ ਪੜ ਲਿਆ ਕਰੋ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇੰਨੇ ਬਹੁਤ ਮਨ ਬਾਹਲਾ ਵਿਗੜ ਜੇ ਤਾਂ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾਟ ਸਵਾਮੀ ਸੋ ਕਿਉਂ ਮਨੁ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਥੋੜ੍ਹਾ ਹੌਲੀ ਪੜ੍ਹ ਲੈ, ਟਕਾ ਵਿੱਚ ਬੈਠ, ਕਦੇ ਮਨ ਟਿਕਿਆ ਹੁੰਦਾ ਵੀ ਲੈ, ਇੱਕ ਐਸਾ ਰਿਲੈਕਸ ਜਿਹਾ ਟਾਈਮ ਮਿਲਦਾ ਸਵੇਰੇ ਹੁੰਦਾ, ਆਹ ਕਰ ਲਾ, ਉਹ ਕਰਨਾ, ਆਹ ਕੰਮ ਕਰਨਾ, ਬੱਚੇ ਤੋਰਨੇ, ਕਰਦੇ ਨੇ, ਉਹ ਕਰਨੇ ਹੈ। ਚਲੋ ਜੀ ਹੁਣ ਘੰਟਾ ਕੁ ਵਿਹਲਾ ਮੇਰੇ ਕੋਲ, ਆਰਾਮ ਆ ਗਿਆ ਲੈ, ਸਾਰੇ ਕੰਮ ਵੀ ਮੁੱਕ ਗਏ, ਹੁਣ ਵਿਹਲੇ ਹੈ, ਹੁਣ ਬਹਿ ਜਾਓ, ਹੁਣ ਮਨ ਰਿਲੈਕਸ ਹੈ ਇਸ ਵਕਤ, ਕਿਉਂਕਿ ਕੰਮ ਮੁੱਕ ਗਏ, ਜਦੋਂ ਕੰਮ ਫਿਰ ਆ ਗਏ ਫਿਰ ਉਲਝ ਜਾਣਾ ਇਹਨੇ। ਉਹ ਟਿਕੇ ਹੋਏ ਟਾਈਮ ਦੇ ਵਿੱਚ ਇੱਕ ਘੰਟੇ ਦਾ, ਅੱਧੇ ਘੰਟੇ ਦਾ ਲਾਹਾ ਲੈ, ਇੱਕ ਬਾਣੀ ਕੋਈ ਵੀ ਲੈ ਲਓ, ਜਪਜੀ ਸਾਹਿਬ ਲੈ ਲਓ, ਆਨੰਦ ਸਾਹਿਬ ਲੈ ਲਓ, ਸੁਖਮਨੀ ਸਾਹਿਬ ਲੈ ਲਓ, ਟਿਕ ਕੇ ਹੌਲੀ 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 ਸਮਝ ਕੇ ਪੜ੍ਹੋ। ਮਨ ਨੂੰ ਸਿੱਧਾ ਬਾਣੀ ਨੇ ਕਰਨਾ ਹੈ, ਨਾ ਕਿ ਬਹੁਤ ਸਾਰੇ ਲੋਕ ਫਿਰ ਇਹ ਫਿਰ ਆਪਾਂ ਕਰਦੇ ਹਾਂ, ਪਾਠ ਕਰਦੇ ਹਾਂ ਅਤੇ ਨਾਲ ਇੱਛਾ ਵੀ ਕਰਦੇ ਹਾਂ, ਕੰਮ ਬਣ ਜੇ, ਆਹ ਕੰਮ ਬਣ ਜੇ, ਤੁਸੀਂ ਤਾਂ ਇਹ ਕੀਤਾ, ਨਾਲ ਨਾਲ ਸਾਫ਼ ਕੀਤਾ ਅਤੇ ਨਾਲ ਨਾਲ ਫਿਰ ਕੂੜਾ ਸਿੱਟਤਾ ਉੱਥੇ। ਉਹ ਜਿਵੇਂ ਕੀ ਆ ਵੀ ਗੰਦਗੀ ਨਾਲ ਨਾਲ ਨਹੀਂ ਪਾਉਣੀ, ਸਿਰਫ ਮਨ ਦੀ ਇਕਾਗਰਤਾ ਲਈ ਆਪਾਂ ਨੇ ਪਾਠ ਕਰਨਾ, ਉਹ ਵੀ ਨਿਸ਼ਕਾਮ, ਕੋਈ ਇੱਛਾ ਨਹੀਂ ਕਰਨੀ। ਇਹਦੇ ਵਿੱਚ ਆਨੰਦ ਆਉਂਦਾ ਹੈ, ਜਦੋਂ ਇੱਛਾ ਕਰੀਏ ਤਾਂ ਫਿਰ ਆਨੰਦ ਨਹੀਂ ਹੁੰਦਾ। ਕਈ ਵਾਰ ਆਪਾਂ ਹੁਣ ਆਨੰਦ ਇੱਛਾ ਕਰਕੇ ਪਾਠ ਕੀਤਾ ਵੀ ਮੇਰੀ ਆਹ ਇੱਛਾ ਹੈ, ਆਹ ਇੱਛਾ ਹੈ, ਉਹ ਕਰਮਾਂ 'ਚ ਉਨੀ ਹਰ ਕਮਾਈ ਹੈ ਨਹੀਂ ਸੀ, ਇੱਛਾ ਪੂਰੀ ਨਹੀਂ ਹੋਈ, ਫਿਰ ਖਿੱਚ ਖਿੱਚ ਪੈਣਾ, ਪਾਠ ਵੀ ਕੀਤੇ ਸੀ ਇਹਨੇ, ਗੱਲ ਵੀ ਨਹੀਂ ਬਣੀ ਹੈ, ਕਾਹਨੂੰ ਇੱਛਾ ਕਰਦੇ ਹੋ। ਨਿਰਇੱਛਿਤ ਇੱਛਾ ਕਰਕੇ ਇੱਕ ਇੱਛਾ ਪੂਰੀ ਹੋਊਗੀ। ਜੇ ਮੰਨ ਲਓ 100 ਜਪਜੀ ਸਾਹਿਬ ਕਰ ਲਓ, 100 ਸੁਖਮਨੀ ਸਾਹਿਬ ਜਾਂ ਅਖੰਡ ਪਾਠ ਕਰਾ ਲਓ, ਇੱਕ ਇੱਛਾ ਪੂਰੀ ਹੋਊਗੀ ਜੇ ਇੱਛਾ ਰੱਖ ਕੇ ਕਰੋਗੇ। ਜੇ ਨਿਰਇੱਛਿਤ ਕਰੋਗੇ ਤਾਂ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ। ਤੁਸੀਂ ਇੱਕ ਇੱਛਾ ਰੱਖੀ ਹੈ, ਮਹਾਰਾਜ ਕਹਿੰਦੇ ਇਹ ਤਾਂ ਇੱਕੋ ਹੀ ਰੱਖ ਕੇ ਬੈਠਾ, ਮੈਂ ਤਾਂ ਇਹਦੀਆਂ ਸਾਰੀਆਂ ਪੂਰੀਆਂ ਕਰਨੀਆਂ ਸੀ। ਇਸ ਕਰਕੇ ਬਾਣੀ ਦੇ ਵਿੱਚ ਇੱਛਾ ਨਹੀਂ ਕਰਨੀ, ਸੇਵਾ ਕਰਦਿਆਂ ਕਦੇ ਵੀ ਇੱਛਾ ਨਹੀਂ ਕਰਨੀ, ਫਿਰ ਸਤਿਗੁਰ ਸਾਰੀਆਂ ਪੂਰੀਆਂ ਕਰਦੇ, ਨਾਲੇ ਮਨ ਨੂੰ ਸ਼ਾਂਤੀ ਰਹਿੰਦੀ ਹੈ। ਇਸ ਕਰਕੇ ਬਾਣੀ ਨੂੰ ਹੌਲੀ ਹੌਲੀ ਵਿਚਾਰੋ, ਪੜ੍ਹੋ, ਗਾਵੋ, ਸੁਣੋ, ਪੜ੍ਹੋ, ਨਿੱਤ ਭਾਈ ਗਾਵੀਐ ਸੁਣੀਐ ਮਨ ਰੱਖੀਐ ਭਾਓ। ਇਸ ਕਰਕੇ ਮਹਾਰਾਜ ਨੇ ਬਹੁਤ ਥਾਈਂ ਇਹ ਬਚਨ ਲਿਖੇ ਨੇ, ਆਓ ਵਾਹਿਗੁਰੂ ਵੀ ਕਹਿਣਾ, ਵਾਹਿਗੁਰੂ ਨੂੰ ਸੁਣਨਾ ਵੀ ਹੈ, ਵਿਚਾਰਨਾ ਵੀ ਹੈ, ਅਰਥਾਂ ਦੀ ਵਿਚਾਰ ਵੀ ਕਰਨੀ ਹੈ, ਸੁਣੀ ਹੋਈ ਕਥਾ ਜਿਹੜੀ ਵਾਹਿਗੁਰੂ ਮੰਤਰ 'ਤੇ ਉਹਦੀ ਵਿਚਾਰ ਵੀ ਕਰਨੀ ਹੈ, ਔਰ ਮਨ ਦੇ ਅੰਦਰ ਇਹ ਵੀ ਲਿਆਉਣੀ ਸ਼ਰਧਾ ਕਿ ਦੁਨੀਆਂ ਦੇ ਵਿੱਚ ਇਸ ਤੋਂ ਉੱਪਰ ਹੋਰ ਕੁਛ ਨਹੀਂ ਹੈ। ਸਭ ਤੋਂ ਜਿਹੜੀ ਹੈ ਨਾ ਉੱਚੀ ਚੋਟੀ ਹਿਮਾਲਿਆ ਦੀ ਉੱਤੇ ਜਦ ਬੰਦਾ ਜਾ ਕੇ ਖੜਦਾ ਨਾ, ਉਹ ਕਹਿੰਦਾ ਬਸ ਇਦੂ ਉੱਤੇ ਹੁਣ ਹੋਰ ਕੋਈ ਚੋਟੀ ਨਹੀਂ, ਸਿਰੇ 'ਤੇ ਬੈਠੇ ਆ, ਬਸ ਇਹ ਵਾਹਿਗੁਰੂ ਮੰਤਰ ਸਿਰੇ ਦੀ ਚੀਜ਼ ਆ, ਹੁਣ ਸਿਰੇ ਦੀ ਬਖਸ਼ਿਸ਼ ਹੈ, ਇਹਦੇ ਉੱਤੇ ਹੋਰ ਕੁਛ ਨਹੀਂ ਹੈ, ਮੂਲ ਮੰਤਰ ਨਾਲ ਉੱਤੇ ਹੋਰ ਕੁਛ ਨਹੀਂ। ਜਾਂ ਸ਼ਰਧਾ ਇੱਕ ਥਾਂ 100% ਇਕੱਠੀ ਹੋ ਗਈ ਤਾਂ ਤੁਹਾਡੇ ਮਨ ਨੇ ਆਪੇ ਹੀ ਗਾਉਣਾ ਵੀ ਹੋਰ ਕੁਛ ਨਹੀਂ ਹੈ, ਸਿਰਫ ਗੁਰਮੰਤਰ ਹੈ, ਇਹਦਾ ਹੀ ਮੈਂ ਅਭਿਆਸ ਕਰਾਂ। ਵਾਹਿਗੁਰੂ 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 ਧੰਨ ਵਾਹਿ
वाहे गुरु वाहे गुरु वाहे गुरु धन वाहे गुरु। वाहे गुरु वाहे गुरु वाहे गुरु धन वाहे गुरु। जप मन सतनाम सदा सतनाम जप मन सतनाम सदा सतनाम जप मन सतनाम वाहे गुरु सतनाम वाहे गुरु सतनाम वाहे गुरु सतनाम वाहे गुरु। वाहे गुरु वाहे गुरु वाहे गुरु धन वाहे गुरु। वाहेगुरु जी का खालसा वाहेगुरु जी की फतेह।